ਤੇ ਖਬਰ ਫਰੀਦਕੋਟ ਤੋਂ ਜਿੱਥੇ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਸਨੀਫਰ ਡੌਗਸ ਦੀ ਮਦਦ ਦੇ ਨਾਲ ਬੈਰਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੈਦੀਆਂ ਦੇ ਨਾਲ ਮੁਲਾਕਾਤ ਕਰਨ ਆਏ ਪਰਿਵਾਰਕ ਮੈਂਬਰਾਂ ਦੀ ਵੀ ਖਾਸ ਤੌਰ ਤੇ ਜਾਂਚ ਕੀਤੀ ਗਈ ਹੈ ਤੇ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੇ ਲਈ ਖਾਸ ਤੌਰ ਤੇ ਅਭਿਆਨ ਚਲਾਇਆ ਗਿਆ, ਕਿਉਂਕਿ ਜਿਸ ਹਿਸਾਬ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਨਸ਼ਾ ਨਿਰੰਤਰ ਮਿਲ ਰਿਹਾ ਹੈ ਤਾਂ ਉਸ ਦੇ ਬਾਬਤ ਹੁਣ ਜੇਲ੍ਹਾਂ ਦੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਖਾਸ ਤੌਰ ਤੇ ਸਨੀਫਰ ਡੌਗਸ ਦੀ ਮਦਦ ਦੇ ਨਾਲ ਬੈਰਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੈਦੀਆਂ ਦੇ ਨਾਲ ਜਿਹੜੇ ਜਿਹੜੇ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰਨ ਪਹੁੰਚ ਰਹੇ ਨੇ ਉਹਨਾਂ ਦੀ ਵੀ ਖਾਸ ਤੌਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਦਿਨ ਪ੍ਰਤੀ ਦਿਨ ਜੇਲ੍ਹਾਂ ਦੇ ਵਿੱਚੋਂ ਜਿੱਥੇ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਤਾਂ ਉੱਥੇ ਹੀ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇਸ ਨੂੰ ਠੱਲ ਪਾਉਣ ਦੇ ਲਈ ਜੇਲ੍ਹਾਂ ਦੇ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਜੋ ਜੇਲ੍ਹਾਂ ਨੂੰ ਮੋਬਾਈਲ ਮੁਕਤ, ਨਸ਼ਾ ਮੁਕਤ ਕੀਤਾ ਜਾ ਸਕੇ। ਜੇਲ੍ਹਾਂ ਜੋ ਕਿ ਸੁਧਾਰ ਕਰ, ਲੇਕਿਨ ਦਿਨ ਪ੍ਰਤੀ ਦਿਨ ਜਿਸ ਹਿਸਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਤਾਂ ਉਸ ਨੂੰ ਰੋਕਣ ਦੇ ਲਈ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਹੜਾ ਹੈਗਾ ਹੈ ਕਿ ਰੈਗੂਲਰ ਇੰਟਰਵਲਸ 'ਤੇ ਇਹ ਜਿਹੜਾ ਤਲਾਸ਼ੀ ਹੈਗੀ ਹੈ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਹੈਗੇ ਹਾਂ। ਉਸੇ ਹੀ ਲੜੀ ਦੇ ਦੌਰਾਨ ਕੱਲ੍ਹ ਅਸੀਂ ਜਿਹੜੇ ਇੱਕ ਸਾਨੂੰ ਸਨੀਫਰ ਡੌਗਸ ਮਿਲੇ ਸੀ ਉਹਨਾਂ ਨੂੰ ਆਪਾਂ ਜਿਹੜੇ ਹੈਗੇ ਆ ਫਰੀਦਕੋਟ ਜੇਲ੍ਹ 'ਚ ਜਿਹੜੇ ਮਿਲਣ ਆਉਂਦੇ ਆ ਉਹਨਾਂ ਦੀ ਆਪਾਂ ਤਲਾਸ਼ੀ ਕੀਤੀ, ਫਿਰ ਅੰਦਰ ਬੈਰਕਾਂ ਦੀ ਵੀ ਕੁਝ ਦੀ ਤਲਾਸ਼ੀ ਕਰਾਈ ਹੋਈ ਹੈ। ਇੱਕ ਪ੍ਰਿਕੋਸ਼ਨਰੀ ਹੈ ਅਤੇ ਕੱਲ੍ਹ ਨੂੰ ਜੇ ਕੋਈ ਸਾਨੂੰ ਮਿਲ ਵੀ ਜਾਂਦਾ ਤਾਂ ਉਹਦੇ ਲਈ ਫਿਰ ਅਸੀਂ ਕਾਰਵਾਈ ਵੀ ਕਰਦੇ, ਬਟ ਕੱਲ੍ਹ ਇੱਦਾਂ ਦਾ ਇੰਜ ਦਾ ਕੋਈ ਨਹੀਂ ਬਰਾਮਦ। ਇਸ ਦੇ ਨਾਲ ਇਸ ਖਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਲੈਂਦੇ ਆ ਸਾਡੇ ਨਾਲ ਸਾਡੇ ਸਹਿਯੋਗੀ ਫਰੀਦਕੋਟ ਤੋਂ ਦੇਵਾਨੰਦ ਜੁੜੇ ਨੇ। ਦੇਵਾਨੰਦ, ਜਿਸ ਹਿਸਾਬ ਦੇ ਨਾਲ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿੰਨਾ ਕੁ ਸਫਲ ਹੁੰਦਾ ਦਿਖ ਰਿਹਾ ਹੈ ਤਲਾਸ਼ੀ ਅਭਿਆਨ? ਬਿਲਕੁਲ ਬਾਈ ਗੁਰਪ੍ਰੀਤ, ਕਿਉਂਕਿ ਫਰੀਦਕੋਟ ਜਿਹੜੀ ਮਾਡਰਨ ਜੇਲ੍ਹ ਹੈ ਕਾਫੀ ਜ਼ਿਆਦਾ ਸੁਰੱਖਿਆ 'ਚ ਰਹਿੰਦੀ ਹੈ, ਕਿਉਂਕਿ ਇੱਥੋਂ ਕਾਫੀ ਮੋਬਾਈਲ ਜਿਹੜੇ ਹੁਣ ਤੱਕ ਮਿਲ ਚੁੱਕੇ ਨੇ ਤੇ ਹੁਣ ਜਿਹੜੀ ਪੁਲਿਸ ਨੇ ਸਨੀਫਰ ਡੌਗਸ ਲੈ ਕੇ ਚੰਡੀਗੜ੍ਹ ਤੋਂ ਚੈਕਿੰਗ ਕੀਤੀ ਗਈ ਹੈ ਤੇ ਬਾਹਰ ਜਿਹੜੇ ਵਾਰਡਾਂ ਦੀ ਕੈਦੀਆਂ ਦੀ ਚੈਕਿੰਗ ਕੀਤੀ ਗਈ ਤੇ ਨਾਲ ਹੀ ਜਿਹੜੇ ਮੁਲਾਕਾਤ ਕਰਨ ਆਏ ਸੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਇੱਕ ਔਰਤ ਨੂੰ ਆਪਣੇ ਇੱਕ ਜਿਹੜਾ ਰਿਸ਼ਤੇਦਾਰ ਉਹਨੂੰ ਨਸ਼ੇ ਦੀ ਵਸਤੂ ਆ ਜਿਹੜੀ ਅੰਦਰ ਸਪਲਾਈ ਕਰਨ ਲਈ ਕੰਬਲ ਦੀ ਕੰਨੀ ਵਿੱਚ ਬੰਨੀ ਗਈ ਸੀ ਤੇ ਉਹ ਵੀ ਫੜੇ ਗਏ ਸੀ। ਹੁਣ ਦੱਸ ਦੇ ਲਗਾਤਾਰ ਜਿਹੜੀ ਪੁਲਿਸ ਇਸ ਗੱਲ ਨੂੰ ਜਾਂਚ ਕਰ ਰਹੀ ਹੈ ਕਿ ਅੰਦਰ ਜਿਹੜੇ ਕੈਦੀ ਹਵਾਲਾ ਸੀ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਵਸਤੂ ਤਾਂ ਨਹੀਂ, ਇਸ ਲਈ ਜਿਹੜੇ ਸਨੀਫਰ ਡੌਗਸ ਦੀ ਮਦਦ ਨਾਲ ਸਾਰੀ ਬ੍ਰੇਕ ਬੈਰਕਾਂ ਦੀ ਅਤੇ ਜਿਹੜੇ ਮਿਲਣ ਆਉਂਦੇ ਨੇ ਉਹਨਾਂ ਦੀ ਤਲਾਸ਼ੀ ਹੈ ਜਿਹੜੀ ਅਭਿਆਨ ਚਲਾਇਆ ਗਿਆ ਤੇ ਡੌਗ ਸਨੀਫਰ ਡੌਗ ਦੇ ਨਾਲ ਇੱਕ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਠੀਕ ਹੈ ਦੇਵਾਨੰਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ।